ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਮੇਰੇ ਨਾਲ ਸਾਥ ਦੇਣਗੇ ਬਲਵੰਤ ਸਿੰਘ ਹੇੜਾ ਜੀ ਜਿਹੜੇ ਵੀ ਕਿਸੇ ਵੀ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ ਹਨ ਇਹਨਾਂ ਵੱਲੋਂ ਕਮਿਊਨਿਟੀ ਦੇ ਵਿੱਚ ਬਹੁਤ ਕੁਝ ਕੰਮ ਕੀਤਾ ਜਾ ਚੁੱਕਿਆ ਹੈ ਜਿੱਥੇ ਪੰਜਾਬੀ ਨੂੰ ਅਸੀਂ ਅੱਗੇ ਪ੍ਰਫੁੱਲਿਤ ਕਰਨ ਲਈ ਗੱਲ ਕਰੀ ਤਾਂ ਉਹਦੇ ਵਿੱਚ ਇਹਨਾਂ ਨੇ ਜੋ ਯੋਗਦਾਨ ਪਾਇਆ ਉਸ ਤੋਂ ਅਸੀਂ ਜਾਣੂ ਹਾਂ ਤਾਂ ਉਸ ਤੋਂ ਇਲਾਵਾ ਬੱਚਿਆਂ ਦਾ ਗੈਂਗਸ ਤੋਂ ਰੋਕਣਾ ਉਸ ਵਿੱਚ ਵੀ ਜਾ ਕੇ ਇਹਨਾਂ ਨੇ ਬਹੁਤ ਗੱਲਾਂ ਕੀਤੀਆਂ ਨੇ ਜਾਂ ਹੋਰ ਸੋਸ਼ਲ ਇਸ਼ੂਜ਼ ਜਿਹੜੇ ਨੇ ਸਾਡੇ ਉਹਨਾਂ ਦੇ ਉੱਤੇ ਵੀ ਅੱਗੇ ਹਮੇਸ਼ਾ ਰਹਿੰਦੇ ਨੇ ਅੱਜ ਇੱਕ ਬੜੇ ਹੀ ਇੱਕ ਇੰਟਰਸਟਿੰਗ ਟੌਪਿਕ 'ਤੇ ਅਸੀਂ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਇੱਕ ਰਿਸਰਚ ਪੇਪਰ ਸਾਹਮਣੇ ਆਇਆ ਜਿਸ ਵਿੱਚ ਕਿ ਕਾਫੀ ਤੱਥ ਜਿਹੜੇ ਨੇ ਉਹ ਸਾਊਥ ਏਸ਼ੀਅਨ ਮਰਦਾਂ ਬਾਰੇ ਅੱਗੇ ਪ੍ਰਕਾਸ਼ਿਤ ਕੀਤੇ ਗਏ ਨੇ ਆਮ ਤੌਰ 'ਤੇ ਇੱਕ ਮਰਦ ਦਾ ਇੱਕ ਜਿਹੜਾ ਇਮੇਜ ਹੈ ਉਹ ਅਸੀਂ ਵੱਖਰਾ ਬਣਾਇਆ ਹੋਇਆ ਕਿ ਮਰਦ ਕਦੀ ਰੋਂਦੇ ਨਹੀਂ ਮਰਦ ਕਦੀ ਆਪਣੇ ਇਮੋਸ਼ਨਸ ਨੂੰ ਅੱਗੇ ਨਹੀਂ ਲਿਆਉਂਦੇ ਮਰਦ ਉਹ ਮੈਕੋਇਜ਼ਮ ਜਿਹੜੀ ਹੈ ਉਸਨੂੰ ਹੀ ਜ਼ਿਆਦਾਤਰ ਡਿਪਿਕਟ ਕੀਤਾ ਜਾਂਦਾ ਹੈ ਐਂਡ ਅਫਸੋਸ ਕਿ ਸਾਡੇ ਜਿਹੜੇ ਗੀਤ ਨੇ ਜਾਂ ਸਾਡਾ ਜਿਹੜਾ ਕਲਚਰ ਹੈ ਉਸ ਵਿੱਚ ਵੀ ਇਹਨਾਂ ਚੀਜ਼ਾਂ ਨੂੰ ਹੀ ਪ੍ਰਮੋਟ ਜ਼ਿਆਦਾ ਕੀਤਾ ਜਾਂਦਾ ਹੈ ਪਰ ਹਕੀਕਤ ਵਿੱਚ ਇਹ ਚੀਜ਼ਾਂ ਕੀ ਸਾਨੂੰ ਸਸਟੇਨ ਕਰ ਸਕਣਗੀਆਂ ਕੀ ਇਹਨਾਂ ਦੇ ਆਧਾਰਿਤ ਅਸੀਂ ਆਪਣੇ ਜੀਵਨ ਨੂੰ ਅੱਗੇ ਚਲਾ ਸਕਾਂਗੇ ਸਮਾਜ ਵਿੱਚ ਕੁਝ ਚੰਗਾ ਕਰ ਸਕਾਂਗੇ ਔਰ ਇਸ ਬਾਰੇ ਕੁਝ ਚਰਚਾ ਕਰਨੇ ਆ ਬਲਵੰਤ ਸਿੰਘ ਹੇੜਾ ਜੀ ਦਾ ਬਲਵੰਤ ਜੀ ਐਨ ਵੈਲਕਮ ਬਹੁਤ ਬਹੁਤ ਧੰਨਵਾਦ ਹਰਪ੍ਰੀਤ ਜੀ ਥੈਂਕ ਯੂ ਜੀ ਜਿਵੇਂ ਤੁਸੀਂ ਕਿਹਾ ਹਰਪ੍ਰੀਤ ਜੀ ਕਿ ਆਪਣੀ ਜਿਹੜੀ ਆ ਮੇਲ ਜੀ ਕਈ ਵਾਰ ਮੇਜਰਿਜ਼ਮ 'ਤੇ ਅਸੀਂ ਪੈ ਜਾਂਦੇ ਹਾਂ ਉਹ ਬਹੁਤ ਸਾਡੇ ਲਈ ਹਾਨੀਕਾਰਕ ਹੋ ਸਕਦਾ ਜੀ ਇੱਕ ਮੋਟੀਵੇਸ਼ਨਲ ਸਪੀਕਰ ਆ ਵੇਨ ਡਵਾਇਰ ਜੀ ਬਿਲਕੁਲ ਉਹ ਤੁਸੀਂ ਸੁਣਿਆ ਹੋਊਗਾ ਉਸ ਬਾਰੇ ਵੀ ਉਹ ਕਹਿੰਦਾ ਵੀ ਹਰ ਇੱਕ ਇਨਸਾਨ ਦੀਆਂ ਚਾਰ ਸਟੇਜਿਸ ਆ ਰਾਈਟ ਜਿਹੜੀ ਪਹਿਲੀ ਸਟੇਜ ਆ ਐਥਲੀਟ ਦੀ ਜਦੋਂ ਸਮਝੋ 25-30 ਸਾਲ ਤਾਈਂ ਆਪਣੇ ਆਪ ਫਿਜ਼ੀਕਲ 'ਤੇ ਉਹਦਾ ਫੋਕਸ ਹੁੰਦਾ ਜੀ ਦੂਜੀ ਸਟੇਜ ਹੈਗੀ ਵਾਰੀਅਰ ਦੀ ਉਹ ਹੈਗਾ ਸੈਕਿੰਡ ਸਟੇਜ ਜਦ ਬੰਦਾ ਅਰਨ ਕਰਨ ਲੱਗ ਪੈਂਦਾ ਉਹ ਸਾਰਿਆਂ ਨੂੰ ਮੋਸਟ ਪ੍ਰੋਡਕਟਿਵ ਸਟੇਜ ਹੈ ਠੀਕ ਹੈ ਤੀਜੀ ਸਟੇਜ ਹੈਗੀ ਸਟੇਟਸਮੈਨ ਦੀ ਚਲ ਫਿਰ ਬੰਦਾ ਸਮਝੋ ਰਿਟਾਇਰ ਜਾਂ ਸੈਮੀ ਰਿਟਾਇਰ ਹੋ ਜਾਂਦਾ ਅਤੇ ਥੋੜ੍ਹਾ ਜਿਹਾ ਉਹਦਾ ਆਪਣੇ ਜੋਬ ਵੱਲੋਂ ਦੂਜੇ ਪਾਸੇ ਰੁਝਾਨ ਹੋ ਜਾਂਦਾ ਤਾਂ ਜਿਹੜੀ ਚੌਥੀ ਸਟੇਜ ਹੈ ਉਹ ਸਪਿਰਚੁਅਲਿਸਟ ਦੀ ਆ ਉਹ ਕਹਿੰਦਾ ਵੀ ਹਰ ਇੱਕ ਇਨਸਾਨ ਦੇ ਵਿੱਚ ਆਲ ਦਾ ਟਾਈਮ ਇਹ ਚਾਰ ਸਟੇਜਾਂ ਰਹਿੰਦੀਆਂ ਅਤੇ ਜਿੱਥੋਂ ਤੱਕ ਆਪਣੇ ਮੇਲਸ ਦਾ ਸਵਾਲ ਆ ਜਿਵੇਂ ਤੁਸੀਂ ਕਿਹਾ ਅਸੀਂ ਕਈ ਵਾਰੀ ਥੋੜ੍ਹੇ ਜਿਹਾ ਈਗੋ 'ਚ ਆ ਜਾਂਦੇ ਹਾਂ ਜਿੱਦਾਂ ਇੰਡੀਆ ਦੀ ਸੋਸਾਇਟੀ ਸੀ ਜਿਹੜੀ ਹਰਪ੍ਰੀਤ ਜੀ ਆਪਣੇ ਪੰਜਾਬ ਦੀ ਸਮਝੋ ਉਹ ਖੇਤੀਬਾੜੀ ਦਾ ਕੰਮ ਮੋਸਟਲੀ ਸੀਗਾ ਆਦਮੀ ਨੇ ਬਾਹਰ ਖੇਤਾਂ 'ਚ ਕੰਮ ਕਰਨਾ ਲੇਡੀ ਨੇ ਆਪਣੇ ਘਰ ਦਾ ਸਾਂਭਣਾ ਸੋ ਉਹ ਡਿਫਰੈਂਟ ਗੱਲ ਸੀ ਲੇਕਿਨ ਇੱਥੇ ਕੈਨੇਡਾ ਵਿੱਚ ਬਹੁਤ ਚੇਂਜ ਆ ਗਈ ਆ ਹੁਣ ਤੁਸੀਂ ਦੇਖਿਆ ਜਿਹੜੇ ਬੱਚੇ ਆਪਣੇ ਜਿਹੜੇ ਯੰਗਰ ਜਨਰੇਸ਼ਨ ਆ ਉਹ ਕੋ ਪੇਰੈਂਟਿੰਗ ਕਰਦੇ ਆ ਇੱਕ ਦੂਜੇ ਨਾਲ ਰਲ ਮਿਲ ਕੇ ਔਰ ਵੈਸੇ ਵੀ ਸ਼ੇਅਰ ਰਿਸਪੋਂਸੀਬਿਲਟੀ ਕਿਉਂਕਿ ਦੋਨੇ ਜੀ ਕੰਮ ਕਰਦੇ ਆ ਅਤੇ ਅੱਗੇ ਵਾਲੀ ਤਾਂ ਗੱਲ ਹੈ ਨਹੀਂ ਵੀ ਆਦਮੀ ਕੰਮ ਕਰਦਾ ਵਾਈਫ ਘਰ ਆ ਉਹ ਸਭ ਕੁਛ ਕਰਦਾ ਸਾਂਭਦੀ ਬਾਹਰ ਸੋ ਇਟਸ ਆਲ ਚੇਂਜ ਸਾਨੂੰ ਵੀ ਉਹਦੇ ਨਾਲ ਚੇਂਜ ਹੋਣਾ ਚਾਹੀਦਾ ਅਤੇ ਇੱਕ ਰਿਸਰਚ ਹੋਈ ਆ ਰਿਸਰਚ ਪੇਪਰ ਆ ਉਹ ਕਹਿੰਦੇ ਵੀ ਮੇਲਸ 'ਤੇ ਹਾਲੇ ਵੀ ਬਹੁਤ ਪ੍ਰੈਸ਼ਰ ਆ ਜਿੱਦਾਂ 40-55 ਸਾਲ ਤਾਈਂ ਖਾਸ ਕਰ ਜਿੱਦਾਂ ਕਈ ਵਾਰੀ ਆਪਾਂ ਖਾਸ ਕਰ ਆਪਣੀ ਕਮਿਊਨਿਟੀ 'ਚੋਂ ਦੇਖਦੇ ਹਾਂ ਜਿਵੇਂ ਤੁਸੀਂ ਕਿਹਾ ਵੀ ਜਿਹੜਾ ਰੀਅਲ ਆਦਮੀ ਆ ਉਹ ਕਦੇ ਕਰਾਈ ਨਹੀਂ ਕਰਦੇ ਕਦੇ ਰੋਂਦੇ ਨੇ ਰੀਅਲ ਮੈਨ ਡੋਂਟ ਕੰਪਲੇਨ ਕਦੇ ਸ਼ਿਕਾਇਤ ਨਹੀਂ ਕਰਦੇ ਰੀਅਲ ਮੈਨ ਡੋਂਟ ਡਿਸਪਲੇ ਇਮੋਸ਼ਨਸ ਇਨ ਪਬਲਿਕ ਇਹ ਜਿੱਦਾਂ ਮਿਥਸ ਆ ਠੀਕ ਕਿਉਂਕਿ ਇਨਸਾਨ ਨੂੰ ਇਨਸਾਨ ਬਣਨਾ ਚਾਹੀਦਾ ਰਾਈਟ ਇਹ ਨਹੀਂ ਵੀ ਆਪਾਂ ਕਿਉਂਕਿ ਜਦ ਆਪਾਂ ਹਾਈਡ ਕਰਦੇ ਇੱਦਾਂ ਦੀ ਕੋਈ ਚੀਜ਼ ਜਾਂ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹ ਅਸੀਂ ਇਕੱਲਾ ਫਿਜ਼ੀਕਲ ਡੈਮੇਜ ਨਹੀਂ ਕਰਦੇ ਇਮੋਸ਼ਨਲ ਡੈਮੇਜ ਵੀ ਉਹਦੇ ਨਾਲ ਬਹੁਤ ਹੁੰਦਾ ਸੋ ਸਾਨੂੰ ਚਾਹੀਦਾ ਵੀ ਆਪਾਂ ਇਹਨਾਂ ਗੱਲਾਂ ਤੋਂ ਉੱਪਰ ਉੱਠੀਏ ਔਰ ਜਿੱਦਾਂ ਐਜ਼ ਅ ਨੋਰਮਲ ਹਿਊਮਨ ਬੀਇੰਗ ਜੀ ਦੂਜੇ ਸ਼ੇਅਰ ਰਿਸਪੋਂਸੀਬਲ ਜਿੱਦਾਂ ਕਈ ਵਾਰੀ ਆਪਣੇ ਦੇਖਦੇ ਹਾਂ ਕਨਫਲਿਕਟ ਹੁੰਦਾ ਫੈਮਲੀ 'ਚ ਰਾਈਟ ਜਿਹੜੇ ਪੁਲਿਸ ਆਫਿਸਰ ਹੈ ਜਾਂ ਮਿਲਟਰੀ ਆਫਿਸਰ ਹੈ ਜਿਹਨਾਂ ਨੇ ਆਪਣੀ ਚਲਾਈ ਹੁੰਦੀ ਆ ਉਹ ਉਹੀ ਚੀਜ਼ ਇੱਥੇ ਸਮਝਦੇ ਆ ਠੀਕ ਕੈਨੇਡਾ 'ਚ ਉਹ ਫਿਰ ਘਰ 'ਚ ਪ੍ਰੋਬਲਮ ਬਣ ਜਾਂਦੀ ਐਬਸੋਲੂਟਲੀ ਸੋ ਉਹ ਸਾਨੂੰ ਥੋੜ੍ਹਾ ਜਿਹਾ ਬੈਕ ਆਫ ਹੋ ਜਾਣਾ ਚਾਹੀਦਾ ਰਾਈਟ ਅਤੇ ਕਿਉਂਕਿ ਇੱਥੇ ਡਿਫਰੈਂਟ ਵਾਤਾਵਰਨ ਆ ਡਿਫਰੈਂਟ ਕਲਚਰ ਆ ਆਪਾਂ ਦੋ ਕਲਚਰਾਂ ਵਿੱਚ ਰਹਿ ਰਹੇ ਹਾਂ ਸਾਨੂੰ ਠੀਕ ਹੈ ਸਾਨੂੰ ਆਪਣੇ ਵਿਰਸੇ 'ਤੇ ਮਾਣ ਹੋਣਾ ਚਾਹੀਦਾ ਲੇਕਿਨ ਸਾਨੂੰ ਕੈਨੇਡੀਅਨ ਵੈਲਿਊਜ਼ ਦੀ ਵੀ ਰਿਸਪੈਕਟ ਕਰਨੀ ਚਾਹੀਦੀ ਔਰ ਅਮਲ ਕਰਨਾ ਚਾਹੀਦਾ ਰਾਈਟ ਸੋ ਇਹ ਜਿਹੜਾ ਸੋਸਾਇਟੀ ਚੇਂਜ ਹੋ ਗਈ ਆ ਅਤੇ ਹਰਪ੍ਰੀਤ ਜੀ ਇੱਕ ਬੜੇ ਦੁੱਖ ਵਾਲੀ ਗੱਲ ਆ ਕਿ ਜਿਹੜੇ ਮੈਨ ਔਨ ਦਾ ਜਨਰਲ ਹਰ ਸਾਲ 3000 ਸੁਇਸਾਈਡ ਹੁੰਦੀ ਆ ਔਰ ਇਕੱਲੀ 2500 ਸੁਇਸਾਈਡ ਉਹ ਹੀ ਫਿਰ ਪ੍ਰੈਸ਼ਰ ਪੈਂਦਾ ਇਮੋਸ਼ਨਸ ਨੂੰ ਅਸੀਂ ਅੰਦਰ ਹੀ ਦਬਾਈ ਜਾਂਦੇ ਹਾਂ ਦਬਾਈ ਜਾਂਦੇ ਹਾਂ ਰਾਈਟ ਇੱਕ ਤੁਸੀਂ ਹਾਂ ਤੁਹਾਡੀ ਇਹ ਗੱਲ ਇਮੋਸ਼ਨ ਅਸੀਂ ਆਦਮੀ ਜ਼ਿਆਦਾ ਇਮੋਸ਼ਨ ਨੂੰ ਐਕਸਪ੍ਰੈਸ ਨਹੀਂ ਕਰਦੇ ਰਾਈਟ ਇਸ ਕਰਕੇ ਆਦਮੀਆਂ ਨੂੰ ਹਾਰਟ ਅਟੈਕ ਜ਼ਿਆਦਾ ਹੁੰਦੇ ਆ ਲੇਡੀਜ਼ ਆ ਉਹ ਆਪਣੇ ਇਮੋਸ਼ਨ ਗੱਲਾਂ ਬਾਤਾਂ ਨਾਲ ਕੱਢ ਲੈਂਦੀਆਂ ਰਾਈਟ ਇਸ ਕਰਕੇ ਉਹ ਉਹਨਾਂ ਦੀ ਲੇਡੀਜ਼ ਦੀ ਉਮਰ ਵੀ ਜ਼ਿਆਦਾ ਰਾਈਟ ਆਦਮੀਆਂ ਨੂੰ ਐਵਰੇਜ ਜਿਹੜੀ 3-4 ਸਾਲ ਜ਼ਿਆਦਾ ਆ ਔਨ ਦਾ ਹੋਲ ਸੋ ਇਸ ਕਰਕੇ ਸਾਨੂੰ ਚਾਹੀਦਾ ਵੀ ਇਮੋਸ਼ਨ ਨੂੰ ਆਪਾਂ ਦੱਬੀਏ ਨਾ ਸਾਂਝੇ ਕਰੀਏ
ਜਿੱਦਾਂ ਜਿਹੜਾ ਮੈਚੋਰਿਜ਼ਮ ਹੈ ਨਾ ਉਹ ਤੋਂ ਉੱਪਰ ਉੱਠੀਏ ਵੀ ਆਪਾਂ ਵੀ ਇਨਸਾਨ ਹਾਂ, ਵੀ ਆਰ ਫਰੈਜਾਈਲ, ਵੀ ਆਰ ਵਲਨਰੇਬਲ, ਅਤੇ ਸਾਨੂੰ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ। ਅਤੇ ਡਾਕਟਰ ਰੌਬ ਵਿਟਲੀ ਆ, ਅਸਿਸਟੈਂਟ ਪ੍ਰੋਫੈਸਰ ਆਫ ਸਾਈਕੈਟਰੀ ਐਟ ਮਿਗੇਲ ਯੂਨੀਵਰਸਿਟੀ ਮੌਂਟਰੀਅਲ, ਅਤੇ ਉਹ ਕਹਿੰਦਾ ਵੀ ਜਿਹੜੇ ਮਿਡਲ ਏਜਡ ਮੈਨ ਆ ਹਰਪ੍ਰੀਤ ਜੀ, ਦੇ ਆਰ ਮੋਸਟ ਐਟ ਰਿਸਕ, ਕਿਉਂਕਿ ਉਹ ਆਮ ਤੌਰ 'ਤੇ ਉਹਨਾਂ 'ਤੇ ਪ੍ਰੈਸ਼ਰ ਜ਼ਿਆਦਾ ਪੈਂਦਾ, ਕਿਉਂਕਿ ਜਿਹੜੇ 40 to 55 years old ਦੇ ਆਦਮੀ ਆ ਖਾਸ ਕਰ, ਦੇ ਆਰ ਪਰਸੀਵ ਟੂ ਬੀ ਦਾ ਮੋਸਟ ਪਾਵਰਫੁਲ ਐਂਡ ਸਕਸੈਸਫੁਲ, ਕਾਮਯਾਬ ਔਰ ਤਾਕਤਵਰ। ਅਤੇ ਇਸੇ ਕਰਕੇ ਉਹਨਾਂ 'ਚ ਵਲਨਰੇਬਿਲਿਟੀ ਆ ਜਾਂਦੀ ਆ, ਜੇ ਉਹ ਕਾਮਯਾਬ ਨਹੀਂ ਹੁੰਦੇ ਉਹ ਆਪਣੇ ਅੱਜ ਫੀਲ ਬੈਡ ਕਰਦੇ ਆ, ਔਰ ਇਸੇ ਕਰਕੇ ਕਈ ਸੁਇਸਾਈਡ ਵੀ ਕਰ ਲੈਂਦੇ ਆ ਵੀ ਮੈਂ ਕਾਮਯਾਬ ਨਹੀਂ ਹੋਇਆ, ਮੈਨੂੰ ਕਿਉਂ, ਮੈਂ ਫੇਲਿਅਰ ਕਿਉਂ ਹੋ ਗਿਆ। ਅਤੇ ਜਿੱਦਾਂ ਜੇ ਉਹ ਜੋਬ ਲੂਜ਼ ਹੋ ਗਈ ਆਦਮੀ ਦੀ, ਰਾਈਟ, ਉਹ ਆਪਣੇ ਆਪ ਨੂੰ ਪ੍ਰੈਸ਼ਰ ਬਹੁਤ ਪਾਉਂਦਾ, ਉਹ ਇਕੱਲੀ ਉਹਦੀ ਫਿਜ਼ੀਕਲ ਪ੍ਰੋਬਲਮ ਨਹੀਂ ਕਹਾਂ, ਉਹਦੀ ਇਮੋਸ਼ਨਲ ਸਾਈਕੋਲੋਜੀਕਲ ਬਹੁਤ ਇਸ਼ੂਜ਼ ਆ ਜਾਂਦੀਆਂ, ਉਹ ਕਈ ਤਾਂ ਸੁਇਸਾਈਡ ਵੀ ਕਰ ਲੈਂਦੇ ਆ। ਲੇਕਿਨ ਸਾਨੂੰ ਇਹਨਾਂ ਗੱਲਾਂ ਤੋਂ ਉੱਪਰ ਉੱਠਣਾ ਚਾਹੀਦਾ, ਕਿਉਂਕਿ ਰੀਅਲਾਈਜ਼ ਕਰਨਾ ਚਾਹੀਦਾ ਬਈ ਵੀ ਆਰ ਹਿਊਮਨ ਬੀਇੰਗਸ, ਰਾਈਟ, ਹਿਊਮਨ ਬੀਇੰਗਸ ਦੇ, ਯੂ ਨੋ, ਵੀ ਆਰ ਪਾਰਟ ਆਫ ਲਾਈਫ, ਐਕਸੈਪਟ ਕਰਨਾ ਚਾਹੀਦਾ, ਪਾਰਟ ਆਫ ਲਾਈਫ, ਠੀਕ। ਅਤੇ ਦੂਸਰੇ ਜਿੱਦਾਂ ਆਪਣੀ ਜਿਹੜੀ ਸੈਲਫ ਪਰਸੈਪਸ਼ਨ ਆ ਉਹ ਵੀ ਚੇਂਜ ਕਰਨੀ ਚਾਹੀਦੀ ਆ, ਠੀਕ, ਵੀ ਕਿਵੇਂ ਅਸੀਂ ਡੀਲ ਕਰਨਾ, ਜੇ ਅਸੀਂ ਜਿਹੜੀ ਫੇਲ ਹੋ ਰਿਹਾ ਹਰਪ੍ਰੀਤ ਜੀ, ਇਹ ਤਾਂ ਪਾਰਟ ਆਫ ਲਾਈਫ ਆ, ਬਿਲਕੁਲ ਜੀ, ਕਿਉਂਕਿ ਜੋ ਕੁਛ ਆਪਾਂ ਕਰਦੇ ਹਾਂ ਐਵਰੀਬਾਡੀ ਡਸ ਸਕਸੀਡ ਆ ਰਿਹਾ, ਐਬਸੋਲੂਟਲੀ। ਕੰਟੈਕੀ ਫਰਾਈਡ ਚਿਕਨ ਵਾਲਾ ਤੁਸੀਂ ਸੁਣਿਆ ਹੀ ਆ, ਓ ਯੈਸ, ਇਹ ਬੰਦਾ ਇਹ ਇੱਕ ਰੈਸਪੀ ਬਣਾਈ, ਇਹ 9 ਹਰੇ ਕੋਲ ਗਿਆ ਵੀ ਮੈਂ ਲੈ ਲਓ ਮੇਰੀ ਰੈਸਪੀ, 999 ਨੇ ਉਹਨੂੰ ਰਿਫਿਊਜ਼ ਕਰਤਾ ਵੀ ਤੈਨੂੰ ਸਾਨੂੰ ਤੇਰੀ ਰੈਸਪੀ ਲੋੜ ਨਹੀਂ, ਲੇਕਿਨ ਜਦ 1000 ਕੋਲ ਗਿਆ ਉਹ ਕਹਿੰਦਾ ਮੈਂ ਟਰਾਈ ਕਰ ਲਊਂਗਾ। ਔਰ ਅੱਜ ਦੇਖੋ ਕੈਂਟੱਕੀ ਫਰਾਈਡ ਚਿਕਨ ਆਲ ਓਵਰ ਦਾ ਵਰਲਡ ਹੈ, ਜੇ ਉਹ ਬੰਦਾ ਕਹਿੰਦਾ ਮੈਂ ਤਾਂ ਫੇਲ ਹੋ ਗਿਆ 999 ਵਾਰ ਵੀ ਮੈਂ ਤਾਂ ਫੇਲ ਹੋ ਗਿਆ, ਛੱਡ ਦਿੰਦਾ, ਰਾਈਟ, ਫਿਨਿਸ਼ ਖਤਮ ਹੋ ਗਿਆ ਸੀ। ਹਾਂਜੀ, ਇਸੇ ਤਰ੍ਹਾਂ ਜਿੱਦਾਂ ਸਾਨੂੰ ਸਟਰਗਲ ਕਰਨੀ ਚਾਹੀਦੀ ਹੈ, ਠੀਕ ਹੈ, ਫੇਲਰ ਇਜ਼ ਪਾਰਟ ਆਫ ਲਾਈਫ, ਜਿਹੜੀ ਆ ਜਿੱਤ ਹਾਰ ਇਹ ਤਾਂ ਆਪਾਂ ਆਪਣੀ ਜ਼ਿੰਦਗੀ ਦਾ ਹਿੱਸਾ ਜੀ। ਹਾਂਜੀ, ਇੱਕ ਆਪਾਂ ਨੂੰ ਇਹ ਖਿਆਲ ਰੱਖਣਾ ਚਾਹੀਦਾ ਹਰਪ੍ਰੀਤ ਜੀ ਕਿ ਜਿਹੜੀ ਸਾਡੀ ਜ਼ਿੰਦਗੀ ਆ ਇਟਸ ਅ ਗਿਫਟ ਫਰੋਮ ਗੋਡ, ਠੀਕ, ਪਰਮਾਤਮਾ ਦਾ ਸਾਨੂੰ ਤੋਹਫਾ ਆ, ਰਾਈਟ, ਇਸ ਜ਼ਿੰਦਗੀ ਆ ਜੋ ਅਸੀਂ ਬਣਾਉਂਦੇ ਹਾਂ ਉਹ ਸਾਡਾ ਪਰਮਾਤਮਾ ਨੂੰ ਤੋਹਫਾ ਬਹਿ ਗਿਆ। ਸੋ ਇਸ ਕਰਕੇ ਸਾਨੂੰ ਹਮੇਸ਼ਾ ਉਹ ਖਿਆਲ ਰੱਖਣਾ ਚਾਹੀਦਾ, ਔਰ ਜ਼ਿੰਦਗੀ ਬੜੀ ਪ੍ਰੈਸ਼ੀਅਸ ਆ, ਐਬਸੋਲੂਟਲੀ। ਅਤੇ ਪੋਜ਼ਿਟਿਵ ਥਿੰਕਿੰਗ ਹੈ ਜਿਹੜੀ, ਉਹਦੇ ਵਿੱਚ ਸਾਨੂੰ ਹਮੇਸ਼ਾ ਪੋਜ਼ਿਟਿਵ ਥਿੰਕ ਕਰਨਾ ਚਾਹੀਦਾ, ਕਿਉਂਕਿ ਉਤਰਾਅ ਚੜ੍ਹਾਅ ਤਾਂ ਆਉਂਦੇ ਰਹਿੰਦੇ ਆ। ਇੱਕ ਹੋਰ ਮੈਂ ਤੁਹਾਨੂੰ ਐਗਜ਼ਾਮਪਲ ਦੱਸਦਾ, ਡਾਕਟਰ ਵਿਨਸੈਂਟ, ਨੋਰਮਨ ਵਿਨਸੈਂਟ ਪੀਅਲ ਆ, ਉਹ ਉਹਨਾਂ ਦਾ ਬਹੁਤ ਮੈਂ ਸ਼ਰਧਾਲੂ ਆ, ਬਹੁਤ ਪੋਜ਼ਿਟਿਵ ਥਿੰਕਿੰਗ ਦੇ, ਬਿਲਕੁਲ ਜੀ, ਉਹ ਬਾਣੀ ਹੈਗੇ ਨੇ ਪੋਜ਼ਿਟਿਵ ਥਿੰਕਿੰਗ, ਪੋਜ਼ਿਟਿਵ ਥਿੰਕਿੰਗ, ਬਹੁਤ ਉਹਨੇ ਕੰਮ ਕੀਤਾ। ਅਤੇ ਉਹ ਕਹਿੰਦੇ, ਇੱਕ ਦਿਨ ਮੈਂ ਜਾ ਰਿਹਾ ਸੀਗਾ, ਨਿਊਯਾਰਕ ਰਹਿੰਦਾ ਸੀਗਾ, ਪੈਸਟਰ ਸੀਗਾ, ਮਿਨਿਸਟਰ, ਅਤੇ ਕਹਿੰਦਾ ਮੇਰਾ ਦੋਸਤ ਨੱਠਾ ਨੱਠਾ ਆਇਆ, ਕਹਿੰਦਾ ਜੋਰਜ ਸੀ ਉਹਦਾ ਨਾਂ, ਕਹਿੰਦਾ ਨੋਰਮਨ ਆ ਫੈਡ ਅਪ ਵਿਦ ਲਾਈਫ, ਆਈ ਡੋਂਟ ਨੋ ਵਾਟ ਟੂ ਡੂ, ਦੇਰ ਇਜ਼ ਪ੍ਰੋਬਲਮ ਆਫਟਰ ਪ੍ਰੋਬਲਮ ਆਫਟਰ ਪ੍ਰੋਬਲਮ। ਤਾਂ ਮੈਂ ਉਹਨੂੰ ਕਿਹਾ ਵੀ ਜੋਰਜ, ਮੈਂ ਤੈਨੂੰ ਇੱਦਾਂ ਦੀ ਥਾਂ ਲੈ ਜਾਵਾਂ ਜਿੱਥੇ ਬਿਲਕੁਲ ਸ਼ਾਂਤੀ ਹੈ, ਕੋਈ ਪ੍ਰੋਬਲਮ ਨਹੀਂ, ਕੋਈ ਉਹ ਸ਼ੋਰ, ਕਹਿੰਦਾ ਆਈ ਲਵ ਟੂ ਸੀ ਦੈਟ, ਕਹਿੰਦਾ ਮੈਨੂੰ, ਮੈਂ ਉਹਨੂੰ ਕਹਿੰਦਾ ਸ਼ਮਸ਼ਾਨ ਭੂਮੀ 'ਚ, ਰਾਈਟ, ਮੈਂ ਕਿਹਾ ਜੋਰਜ ਦੇਖ ਉਹ ਪਏ ਆ, ਕੋਈ ਫਿਕਰ ਫਾਕਾ ਹੈ। ਸੋ ਇਹ ਜਿਹੜੀ ਜ਼ਿੰਦਗੀ ਆ ਵੀ ਇਹ 'ਚ ਉਤਾਰ ਚੜ੍ਹਾਅ ਆਉਂਦੇ ਹੀ ਰਹਿੰਦੇ ਆ, ਬਿਲਕੁਲ, ਦੈਟਸ ਲਾਈਫ, ਐਬਸੋਲੂਟਲੀ, ਵੀ ਕਦੇ ਆਪਾਂ ਜਿੱਤਣਾ, ਕਦੇ ਹਾਰਨਾ, ਕਦੇ ਚੜ੍ਹਨਾ, ਕਦੇ ਡਿੱਗਣਾ। ਸੋ ਕਹਿੰਦਾ ਵੀ ਆਪਾਂ ਨੂੰ ਗਿਵ ਅਪ ਨਹੀਂ ਹੋਣਾ ਚਾਹੀਦਾ, ਕਹਿੰਦਾ ਉਹਦੇ ਦਿਮਾਗ 'ਚ ਆ ਗਏ ਬਈ ਨੋ ਯੂ ਆਰ ਰਾਈਟ। ਸੋ ਇਹ ਆਪਾਂ ਨੂੰ ਐਟੀਟਿਊਡ ਅਡਾਪਟ ਕਰਨਾ ਚਾਹੀਦਾ, ਪੋਜ਼ਿਟਿਵ ਰੱਖਣਾ ਚਾਹੀਦਾ। ਐਬਸੋਲੂਟਲੀ, ਬਿਲਕੁਲ ਜੀ, ਤੁਸੀਂ ਸਹੀ ਕਿਹਾ ਕਿ ਪਰਸਪੈਕਟਿਵ ਜੇਕਰ ਚੇਂਜ ਹੋ ਜਾਏਗਾ ਤਾਂ ਸੰਗੜਾ ਸਾਹਿਬ ਬਿਲਕੁਲ ਆਪਣੇ ਜੀਵਨ ਦੇ ਵਿੱਚ, ਅਸੀਂ ਐਵੇਂ ਕਈ ਮਿਥਸ ਬਣਾ ਕੇ ਆਪਣਾ ਜੀਵਨ ਬਤੀਤ ਕਰ ਰਹੇ ਹਾਂ ਅਤੇ ਉਹ ਈਗੋ ਦੇ ਨਾਲ ਸਾਨੂੰ ਹੀ ਨੁਕਸਾਨ ਹੋ ਰਿਹਾ, ਨਾ ਕਿ ਕੁਝ ਬੈਨੀਫਿਟ ਹੋ ਰਿਹਾ ਜੀ। ਔਰ ਸਾਨੂੰ ਕਈ ਵਾਰੀ ਪ੍ਰੋਬਲਮ ਆ ਜਾਂਦੀਆਂ ਹਰਪ੍ਰੀਤ ਜੀ, ਸਾਨੂੰ ਜਿੱਦਾਂ ਗਿਵ ਅਪ ਹੋਣ ਦੀ ਬਜਾਏ ਮਦਦ ਲੈਣੀ ਚਾਹੀਦੀ। ਐਬਸੋਲੂਟਲੀ, ਅੱਜ ਕੱਲ੍ਹ ਬਹੁਤ ਰਿਸੋਰਸਿਸ ਅਵੇਲੇਬਲ ਨੇ ਜੀ ਜਿਨ੍ਹਾਂ ਦਾ ਕਿ ਅਸੀਂ ਬੈਨੀਫਿਟ ਲੈ ਸਕਦੇ ਹਾਂ। ਹਾਂਜੀ ਹਾਂ, ਬਿਲਕੁਲ, ਸਾਨੂੰ ਚਾਹੀਦਾ ਵੀ ਗਿਵ ਅਪ ਨਾ ਹੋਈਏ, ਪੋਜ਼ਿਟਿਵ ਐਟੀਚਿਊਡ ਰੱਖੀਏ ਔਰ ਹਮੇਸ਼ਾ ਚੜ੍ਹਦੀ ਕਲਾ 'ਚ ਰਹੀਏ। ਬਹੁਤ ਧੰਨਵਾਦ ਜੀ, ਬਹੁਤ ਹੀ ਇੱਕ ਇੰਪੋਰਟੈਂਟ ਇਸ਼ੂ 'ਤੇ ਤੁਸੀਂ ਗੱਲ ਕੀਤੀ, ਕਿਉਂਕਿ ਅੱਜ ਕੈਨੇਡਾ ਵਿਚਲੇ ਸਟੈਟਿਸਟਿਕਸ ਆ ਰਹੇ ਨੇ ਬੜੇ ਹੀ ਮੰਦ ਭਾਗੇ ਨੇ ਕਿ 3 'ਚੋਂ 1 ਵਿਅਕਤੀ ਜਿਹੜਾ ਹੈ ਉਹ ਮੈਂਟਲ ਹੈਲਥ ਇਸ਼ੂਜ਼ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ। ਸੋ ਜੇਕਰ ਅਸੀਂ ਇਹੋ ਜਿਹਾ ਐਟੀਟਿਊਡ ਅਡੋਪਟ ਕਰਾਂਗੇ ਤਾਂ ਡੈਫੀਨੇਟਲੀ ਸਿਹਤ ਪੱਖੋਂ ਵੀ, ਮਾਨਸਿਕ ਤੌਰ 'ਤੇ ਵੀ ਅਸੀਂ ਤੰਦਰੁਸਤ ਰਹਾਂਗੇ। ਥੈਂਕ ਯੂ ਫੋਰ ਯੋਰ ਟਾਈਮ। ਥੈਂਕ ਯੂ।